ਸੱਜਣੋ ਤੇ ਮਿੱਤਰੋ ਅੱਜ ਆਪਾਂ ਆਪਣੇ ਪਿੰਡ 'ਚ ਪਕੌਣੀਆਂ ਸੀ ਦੇਗਾ ਅੱਜ ਮਾਸ਼ਾਅੱਲਾ ਆਰਡਰ ਆਪਣੇ ਕੋਲ ਤਕੜਾ ਕਿਉਂਕਿ ਸਤਤਮਾਨ ਆਪਾਂ ਪਕੌਣੀਆਂ ਮੁਰਗੀ ਤੇ ਨਾਲ ਹੈਗਾ ਜ਼ਰਦਾ ਚਾਵਲ ਸਿਰਫ ਦੋ ਆਈਟਮ ਨੇ ਤੇ ਇਨਸ਼ਾਅੱਲਾ ਤੁਹਾਨੂੰ ਪੂਰਾ ਪੂਰਾ ਮਜ਼ਾ ਕਰਾਵਾਂਗੇ ਵੀਡੀਓ 'ਚ ਬਿਸਮਿਲ੍ਲਾ ਪੜ੍ਹ ਕੇ ਅੱਜ ਦਾ ਵੀਲੋਗ ਕਰਦੇ ਹਾਂ ਸ਼ੁਰੂ ਤੁਸੀਂ ਕਰ ਦਿਓ ਮਿੱਠਾ ਜਾਂ ਲਾਇਕ ਤੇ ਨਾਲੇ ਕਰ ਦਿਓ ਕਮੈਂਟ ਸੱਜਣੋ ਤੇ ਮਿੱਤਰੋ ਸ਼ੇਰ ਵਰਗਾ ਆਪਣਾ ਬਿੱਲਾ ਆ ਗਿਆ ਜਨਾਬ ਇਨੇ ਰੱਖਣੀਆਂ ਨੇ ਲੱਕੜਾਂ ਲਿਆ ਕੇ ਤੇ ਆਪਾਂ ਬਾਲਣੀ ਚੁੱਲੇ 'ਚ ਸੱਜਣੋ ਤੇ ਮਿੱਤਰੋ ਮੁਰਗੀ ਦਾ ਮਸਾਲਾ ਕੁਝ ਰਾਤ ਤਿਆਰ ਕਰ ਲਿਆ ਸੀ ਤੇ ਕੁਝ ਹੋਣ ਤਿਆਰ ਹਲਦੇ 28 ਦੇਗਾਂ ਦਾ ਮਸਾਲਾ ਪੂਰੇ ਪਤੀਲੇ 'ਚ ਇਕੱਠਾ ਬਣਾ ਲਿਆ ਇਸ ਵਾਸਤੇ ਆਸਾਨੀ ਹੋ ਜਾਣੀ ਹੈ ਸਾਰੀਆਂ ਦੇਗਾਂ ਦਾ ਕਲਰ ਤੇ ਸਾਰੀਆਂ ਦੇਗਾਂ ਦਾ ਟੇਸ ਇੱਕੋ ਜਿਹਾ ਹੋਏਗਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਅੱਪੂ ਹੁਣੀ ਆਪਣੇ ਮੁਬਾਰਕ ਹੱਤਾਂ ਨਾਲ ਪਾ ਰਹੇ ਨੇ ਹਲਦੀ ਤੇ ਮਾਸ਼ਾਅੱਲਾ ਕੰਮ ਹੁਣ ਕਰਨ ਲੱਗਿਆਂ ਤਿਆਰ ਕਿਉਂਕਿ ਮਸਾਲਾ ਰੈਡੀ ਕਰਨਾ ਜਨਾਬੇ ਆਲਾ ਸੱਜਣੋ ਤੇ ਮਿੱਤਰੋ ਜਿਵੇਂ ਮਸਾਲਾ ਪੱਕਣ ਦਿਆ ਜਿਵੇਂ ਇਹਨੂੰ ਉਬਾਲਾ ਆਉਂਦਿਆ ਸਾਬ ਲਾ ਲਓ ਵੀ ਚੁੱਲ੍ਹੇ ਦੇ ਥੱਲੇ ਅੱਗ ਕਿੰਨੀ ਕ ਬਲਦੀ ਹੋਣੀ ਹੈ ਬਿਸਮਿਲ੍ਲਾ ਕਰਕੇ ਆ ਗਿਆ ਜੀ ਨਾਸ਼ਤਾ ਤੰਦੂਰ ਦੀ ਗਰਮਾ ਗਰਮ ਰੋਟੀ ਤੇ ਨਾਲ ਹੈ ਹੋ ਗਿਆ ਵਾ ਤਿਆਰ ਇਹਨੂੰ ਪਉਣਾ ਦੇਗਾਂ ਦੇ ਵਿੱਚ ਤੇ ਬਿਸਮਿਲ੍ਲਾ ਕਰਕੇ ਕਰਦੇ ਆਂ ਕੰਮ ਸ਼ੁਰੂ ਬਿਸਮਿਲ੍ਲਾ ਕਰਕੇ ਜੀ ਹੁਣ ਕਰਦੇ ਆਂ ਮਿੱਠੇ ਚਾਵਲਾਂ ਦੀ ਤਿਆਰੀ ਤੁਸੀਂ ਕਰ ਦੋ ਮਿੱਠਾ ਜਿਹਾ ਲਾਇਕ ਤੇ ਨਾਲੇ ਕਰ ਦਿਓ ਕਮੈਂਟ ਇਧਰ ਨੀਗਾ ਮਾਰਾਂ ਤੇ ਮੇਰਾ ਮੱਖਣ ਵਰਗਾ ਯਾਰ ਆ ਗਿਆ ਜ਼ਫਰ ਮੈਨੂੰ ਕਹਿੰਦਾ ਸੁਣਾ ਨਬੀਲ ਭਾਈ ਕੀ ਹਾਲ ਐ ਮੈਂ ਕਹਿਆ ਜੀ ਠੀਕ ਆ ਤੂੰ ਸੁਣਾ ਮੈਨੂੰ ਕਹਿੰਦਾ ਠੀਕ ਆ ਮਾਸ਼ਾ ਅੱਲਾ ਜੀ ਮਾਸ਼ਾ ਅੱਲਾ ਇਧਰ ਬੈਠਾ ਚਾਚਾ ਮਲਕ ਫੈਜ਼ ਇਹਨਾਂ ਨੇ ਆਪਣੀ ਮਹਿਫਲ ਪਖਾਈ ਹੋਈ ਸੀ ਤੇ ਨਾਲ ਲਾਰੇ ਸੀ ਮਿੱਠੀ ਮਿੱਠੀ ਗੱਪਸ਼ਾ ਮੈਂ ਕਿਹਾ ਜੀ ਕਿਆ ਬਾਤਾਂ ਨੇ ਜੀ ਸੱਜਣੋ ਤੇ ਮਿੱਤਰੋ ਇ ਹੁਣ ਆਪਾਂ ਇਹਨੂੰ ਧੋ ਤੂ ਕੇ ਪੋਣਾ ਦੇਗਾ ਦੇ ਵਿੱਚ ਸੱਜਣਾ ਤੇ ਮਿੱਤਰੋ ਬਿੱਲਾ ਸਾਹਿਬ ਅੱਗ ਬਾਲਨ ਦੀ ਕਰ ਰਹੇ ਨੇ ਤਿਆਰੀ ਮੈਂ ਕਿਹਾ ਬਿੱਲਾ ਸਾਹਿਬ ਜਲਦੀ ਕਰੋ ਚੱਕ ਦਿਓ ਫਟੇ ਨਾਲ ਖੈਰ ਦੇ ਜੀ ਅੱਗ ਉਗ ਬਾਲ ਕੇ ਰੱਖ ਦਿੱਤੀਆਂ ਨੇ ਦੇਗਾ ਚੁੱਲ੍ਹੇ ਤੇ ਤੇ ਹੁਣ ਪਕਾਵਾਂਗੇ ਚਿੱਟਾ ਕੁੱਕੜ ਸੱਜਣਾ ਤੇ ਮਿੱਤਰੋ ਸਰਦੀਆਂ ਦੇ ਵਿੱਚ ਤੇ ਹਰ ਬੰਦਾ ਹੀ ਸਾਡੇ ਕੋਲ ਕੋਲ ਬਹਿੰਦਾ ਤੇ ਗਰਮੀਆਂ ਦੇ ਵਿੱਚ ਸਾਡੇ ਕੋਲ ਸਾਨੂੰ ਪਾਣੀ ਪੀਣ ਨਹੀਂ ਆਉਂਦਾ ਯਾਰ ਸੱਜਣਾ ਤੇ ਮਿੱਤਰੋ ਮੇਰੀ ਫੀਲਡ ਤੁਹਾਨੂੰ ਕਿਵੇਂ ਦੀ ਲੱਗੀ ਹੈ ਕਮੈਂਟ ਕਰਕੇ ਲਾਜ਼ਮੀ ਦੱਸਿਓ ਜੀ ਦੇਗਾ ਪਕਾਉਣ ਵਾਸਤੇ ਸਿਰਫ 7 ਚੁੱਲ੍ਹੇ ਲਾਏ ਸੀ ਚੁੱਲ੍ਹੇ ਬਾਬਾ ਸਾਰੇ ਸੀ ਲੇਕਿਨ ਜ ਕਿਤੇ 28 ਦੇਗਾ ਫਿਰ ਜਾ ਕੇ ਪਕੀਆਂ ਜੀ ਸੱਜਣੋ ਤੇ ਮਿੱਤਰੋ ਦੇਗਾ ਮਾਸ਼ਾਅੱਲਾ ਅਸੀਂ ਪਕਾਉਂਦੇ ਸੀ ਤੇ ਮਾਸ਼ਾਅੱਲਾ ਅੱਜ ਗਰਮੀ ਵੀ ਬੜੀ ਸੀ ਤੇ ਪਤਾ ਲੱਗਾ ਵੀ ਸ਼ੁਰਲੀਆਂ ਪਟਾਕੇ ਸ਼ੁਰੂ ਤੇ ਨਾਲ ਢੋਲ ਟਮਕਾ ਪਤਾ ਲੱਗਾ ਵੀ ਬਰਾਤੇ ਆ ਗਏ ਇੱਕ ਕੱਲ ਤੇ ਯਾਰ ਮੈਂ ਭੁੱਲੀ ਗਿਆ ਮੈਂ ਕਿਹਾ ਮਿੱਤਰਾਂ ਨੂੰ ਨਾਲ ਲੱਗਦਾ ਕੋਰਮੇ ਦਾ ਦਿਦਾਰ ਕਰਵਾ ਦਈਏ ਯਾਰ ਵਾਹ ਵਾਹ ਦਿਨ ਹੋ ਗਏ ਤੁਹਾਨੂੰ ਕੋਰਮੇ ਦਾ ਦਿਦਾਰ ਨਹੀਂ ਕਰਾਇਆ ਚੈੱਕ ਕਰੋ ਭਾਈ ਦੱਸਿਓ ਸਹੀ ਕਿਵੇਂ ਦਾ ਲੱਗਿਆ ਕੋਰਮਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਅੱਬੂ ਜਾਨ ਪਾ ਰਹੇ ਨੇ ਮਿੱਠੇ ਚਾਵਲ ਤੇ ਤੁਸੀਂ ਕਰ ਦਿਓ ਮਿੱਠਾ ਜਾਂ ਲਾਇਕ ਤੇ ਨਾਲ ਕਰ ਦਿਓ ਕਮੈਂਟ ਤੇ ਲੱਗਣ ਵਾਲਾ ਹੀ ਹੈ ਜੀ ਰੱਬੂ ਉਹਨਾਂ ਨੇ ਮਿੱਠੇ ਚਾਵਲ ਪਾ ਦਿੱਤੇ ਨੇ ਤੇ ਅੱਬੂ ਮੈਨੂੰ ਕਹਿਣ ਲੱਗਾ ਪੁੱਤਰ ਤੂੰ ਗਾਂ ਹੋ ਕੇ ਤੇ ਸਾਲਣ ਪਾ ਦੇ ਇਹਨਾਂ ਨੂੰ ਡਿਸ਼ਾਂ 'ਚ ਸੱਜਣੋ ਤੇ ਮਿੱਤਰੋ ਬਿਲਾ ਤਖੀਰ ਯਾਰ ਉਹਨਾਂ ਨੇ ਪੂਰਾ ਕੋਰਮਾ ਬਣਾ ਕੇ ਡਿਸ਼ਾਂ 'ਚ ਪਾ ਕੇ ਤੇ ਜਨਾਬ ਉਹਨਾਂ ਨੂੰ ਦਿੱਤਾ ਮੈਂ ਕਿਹਾ ਦਿਓ ਇਹ ਮਹਿਮਾਨਾਂ ਨੂੰ ਯਾਰ ਯਾਰ ਉਹਨਾਂ ਨੂੰ ਵੀ ਲੱਗ ਗਈ ਸੀ ਪੁੱਖ ਮੈਂ ਲੱਗਾ ਰੋਟੀ ਖਾਣ ਬਈ ਜਿੰਨੇ ਖਾਣੀਆਂ ਆਜੋ ਮੇਰੇ ਨਾਲ ਯਾ ਫਿਰ ਸੱਜਣੋ ਤੇ ਮਿੱਤਰੋ ਮੇਲਾ ਗਿਆ ਜੇ ਉਜੜ ਤੇ ਆਪਾਂ ਵੀ ਮੋੜ ਤੱਕ ਲਿਆ ਸਿੱਧਾ ਕਾਰ ਸਮਾਨ ਸਮੂਹ ਬੰਨਿਆ ਤੇ ਰੋਟੀ ਪਾਣੀ ਲਿਆ ਤੇ ਚੱਲੇ ਆ ਘਰ ਸੱਜਣੋ ਤੇ ਮਿੱਤਰੋ ਕਿਉਂ ਖਿਆਲ ਪਾਕਿਸਤਾਨ ਜ਼ਿੰਦਾਬਾਦ